ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਇੱਕ ਹੋਰ ਸਕਸੈਸਫੁਲ ਸਟੋਰੀ ਲੈ ਕੇ ਤੁਹਾਡੇ ਰੂਬਰੂ ਹੋਏ ਹੈਗੇ। ਇਹ ਸਕਸੈਸ ਸਟੋਰੀ ਹੈਗੀ ਹਰਪ੍ਰੀਤ ਸਿੰਘ ਪਿੰਡ ਵੜਾਗ ਤੋਂ। ਇਹਨਾਂ ਦੀਆਂ ਪਹਿਲਾਂ 3 ਰਿਫਿਊਲਾਂ ਸੀਗੀਆਂ, ਰਿਫਿਊਲ ਤੋਂ ਬਾਅਦ ਅਸੀਂ ਦੁਬਾਰਾ ਇਹਨਾਂ ਦੀ ਐਪਲੀਕੇਸ਼ਨ ਪ੍ਰੋਸੀਡ ਕੀਤੀ ਹੈਗੀ ਆ ਅਤੇ ਇਹਨਾਂ ਦਾ ਵੀਜ਼ਾ ਲੱਗ ਕੇ ਆਇਆ ਕੈਨੇਡਾ ਦਾ। ਅੱਜ ਹਰਪ੍ਰੀਤ ਸਿੰਘ ਨਾਲ ਗੱਲ ਕਰਾਂਗੇ ਵੀਜ਼ਾ ਲਾਉਣ ਤੋਂ ਲੈ ਕੇ ਵੀਜ਼ਾ ਆਉਣ ਤੱਕ ਦਾ ਸਾਡੇ ਨਾਲ ਜਰਨੀ ਅਤੇ ਕਿੱਦਾਂ ਦੀ ਰਹੀ ਹੈਗੀ ਆ। ਹਰਪ੍ਰੀਤ ਸਿੰਘ ਕੰਗ੍ਰੈਚੁਲੇਸ਼ਨ ਜੀ। ਥੈਂਕ ਯੂ ਸਰ। ਸੋਰੀ ਸਰ ਨੂੰ ਐਕਚੁਲੀ ਮੈਂ ਆਪਦੀ ਪਲੱਸ ਟੂ 2018 ਦੇ ਵਿੱਚ ਕੰਪਲੀਟ ਕੀਤੀ ਸੀ। ਉਸ ਤੋਂ ਬਾਅਦ ਮੈਂ 3 ਵਾਰ ਆਪਦੀ ਫਾਈਲ ਕਿਸੇ ਹੋਰ ਏਜੰਟ ਤੋਂ ਅਪਲਾਈ ਕੀਤੀ ਸੀ, ਪਰ ਮੈਂ 3 ਵਾਰ ਰਿਫਿਊਜ਼ਲ ਆਈ ਸੀਗੀ। ਅਤੇ ਉਸ ਤੋਂ ਬਾਅਦ ਮੈਂ ਸਨੀ ਸਰ ਨੂੰ ਮਿਲਿਆ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਮਿਲਿਆ। ਇਹਨਾਂ ਨੇ ਮੈਨੂੰ ਬਹੁਤ ਵਧੀਆ ਮੇਰੀ ਫਾਈਲ 'ਤੇ ਕੰਮ ਕੀਤਾ ਅਤੇ 3 ਰਿਫਿਊਜ਼ਲਾਂ ਤੋਂ ਬਾਅਦ ਅੱਜ ਮੇਰਾ ਸਟੱਡੀ ਵੀਜ਼ਾ ਆਇਆ ਹੈਗਾ ਗਾ ਅਤੇ ਮੈਂ ਬਹੁਤ ਖੁਸ਼ ਹਾਂ। ਅਤੇ ਮੈਂ ਸਾਰਿਆਂ ਨੂੰ ਇਹੀ ਰਿਕਮੈਂਡ ਕਰਦਾ ਹੈਗਾ ਕਿ ਜੇਕਰ ਤੁਸੀਂ ਵੀ ਤੁਹਾਡੀ ਸਟੱਡੀ ਵੀਜ਼ ਦੀ ਕੋਈ ਰਿਫਿਊਜ਼ਲ ਹੈਗੀ ਆ ਤਾਂ ਤੁਸੀਂ ਜ਼ਰੂਰ ਸਰ ਨਾਲ ਇੱਕ ਵਾਰ ਵਿਜ਼ਿਟ ਕਰੋ ਇੱਥੇ ਅਤੇ ਇਹਨਾਂ ਨਾਲ ਸਲਾਹ ਲਓ। ਇਹਨਾਂ ਦੀ ਬਹੁਤ ਵਧੀਆ ਫਾਈਲਿੰਗ ਕਰਦੇ ਨੇ ਅਤੇ ਬਹੁਤ ਮਿਹਨਤੀ ਨੇ, ਸੋ ਤੁਸੀਂ ਸਟੱਡੀ ਵੀਜ਼ਾ ਲੈ ਸਕਦੇ ਹੋ ਇਹਨਾਂ ਦੀ ਹੈਲਪ ਦੇ ਨਾਲ। ਥੈਂਕ ਯੂ।